ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਸਾਡੀ ਕਮਰ ਕੱਸੇ ਉੱਤੇ ਆ ਕਿ ਕਮਰ ਕੱਸੇ ਨੂੰ ਕਿੱਦਾਂ ਸਜਾਈਦਾ ਜੀ, ਕਿਉਂਕਿ ਮੇਨ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਗੱਤਕਾ ਖੇਡਦੇ ਹਾਂ ਜਾਂ ਫਿਰ ਕੋਈ ਵੀ ਕਮਰ ਕੱਸਾ ਬੰਨਦੇ ਹਾਂ ਅਤੇ ਕੋਈ ਕੰਮ ਕਰਦੇ ਹਾਂ, ਤਾਂ ਕਈ ਵਾਰੀ ਕੀ ਹੁੰਦਾ ਆ ਕਮਰ ਕੱਸਾ ਖੁੱਲ ਜਾਂਦਾ ਜੀ, ਅਤੇ ਕਦੇ ਉਹ ਗੱਤਕਾ ਖੇਡਦੇ ਹੋਏ ਖੁੱਲ ਗਿਆ ਅਤੇ ਜਾਂ ਤਾਂ ਪੂਰਾ ਖੁੱਲ ਜੂਗਾ ਜਾਂ ਸਾਡੇ ਗੇਮ ਦੇ ਵਿਚਕਾਰ ਆਊਗਾ ਅਤੇ ਫਿਰ ਉਹਦੇ 'ਤੇ ਪੈਰ ਲੱਗਣਗੇ, ਉਹ ਫਿਰ ਸਹੀ ਨਹੀਂ ਲੱਗਦਾ ਮਰਿਆਦਾ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਮਰ ਕੱਸਾ ਕਿੱਦਾਂ ਬਣਿਆ ਜਾਂਦਾ ਜੀ ਪੰਥਾਂ 'ਚ, ਅਤੇ ਕਿਹੜਾ ਸੌਖਾ ਤਰੀਕਾ ਆ ਜਿਹਦੇ ਨਾਲ ਉਹ ਖੁੱਲ੍ਹੇ ਨਾ ਛੇਤੀ। ਚਲੋ ਉਹਦੇ ਲਈ ਸਾਨੂੰ ਕਮਰ ਕੱਸਾ ਚਾਹੀਦਾ ਹੋਊਗਾ, ਤੁਹਾਨੂੰ ਕਮਰ ਕੱਸਾ ਲਾ ਕੇ ਦਿਖਾਉਂਦੇ ਹਾਂ। ਅਤੇ ਹੁਣ ਕਮਰ ਕੱਸਾ ਆ ਗਿਆ ਜੀ, ਅਤੇ ਪਹਿਲੀ ਗੱਲ ਮੇਰਾ ਕਮਰ ਕੱਸਾ ਹੈਗਾ 4 ਮੀਟਰ ਦਾ, ਅਤੇ ਘੱਟੋ ਘੱਟ ਤੁਸੀਂ 2 ਜਾਂ 3 ਮੀਟਰ ਦਾ ਕਮਰ ਕੱਸਾ ਰੱਖੋ ਹੀ, ਕਿਉਂਕਿ ਫਿਰ ਇਹਦੇ 'ਚ ਦਿੱਕਤ ਆ ਸਕਦੀ ਆ, ਕਿਉਂਕਿ ਛੋਟਾ ਕਮਰ ਕੱਸਾ ਕਰਕੇ ਵੀ ਬਹੁਤ ਕਮਰ ਕੱਸੇ ਖੁੱਲ੍ਹ ਜਾਂਦੇ ਆ। ਹੁਣ ਤੁਹਾਨੂੰ ਦੱਸਦੀ ਕਿੱਦਾਂ ਬਣੀ ਪਈ ਜੀ, ਆਹ ਵੇਖੋ ਆਹ ਕਮਰ ਕੱਸਾ ਹੈਗਾ ਜੀ, ਉਹਦਾ ਇੱਕ ਕੋਨਾ ਫੜ ਕੇ ਆਪਾਂ ਉਹਦਾ ਚੂੜੀਆਂ ਬਣਾ ਲੈਣੀਆਂ ਨੇ, ਜਿੱਦਾਂ ਆਪਾਂ ਦੁਮਾਲੇ 'ਚ ਬਣਾਉਂਦੇ ਆ ਸਜਾਉਣ ਤੋਂ ਪਹਿਲਾਂ, ਇੱਦਾਂ ਬਣਾ ਕੇ ਹੁਣ ਤੁਹਾਨੂੰ ਤਰੀਕਾ ਦੱਸਦੇ ਹਾਂ। ਚਲੋ ਸਹੀ ਤਾਂ ਆ ਜੇ, ਹੁਣ ਵੇਖੋ ਮੈਂ ਕਿਰਪਾਨ ਬਾਹਰ ਤਾਂ ਲਾਈ ਸੀ ਕਿਉਂਕਿ ਕਿਰਪਾਨ ਨੂੰ ਵੀ ਰੱਖਣ ਦਾ ਤਰੀਕਾ ਕੀ ਆ, ਕਿਰਪਾਨ ਜੇ ਹਿੱਲੇ ਨਾ ਗੇਮ ਖੇਡਦੇ ਹੋਏ, ਉਹਦੇ ਲਈ ਵੀ ਆਹੀ ਤਰੀਕਾ ਹੁੰਦਾ ਜੀ। ਦੇਖੋ ਉੱਪਰ ਲੈ ਕੇ, ਉੱਪਰੋਂ ਲੈ ਕੇ ਸਭ ਤੋਂ, ਠੀਕ ਹੈ ਜੀ, ਨੀਚੋਂ ਨਹੀਂ ਉੱਪਰ ਲੈ ਕੇ, ਜਿੰਨੀ ਉੱਤੇ ਤੁਸੀਂ ਰੱਖਣਾ ਜੀ ਕਮਰ ਕੱਸਾ ਆਪਣਾ, ਉਹਨੂੰ ਲੈ ਕੇ ਇਹਨੂੰ ਕਵਰ ਕਰ ਲਿਓ ਜੀ, ਪਿੱਛੋਂ ਵੀ ਕਰ ਲਓ, ਪਿੱਛੋਂ ਵੀ ਦਿਸੇ ਨਾ ਕਿ ਥਾਂ 'ਤੇ ਰਹੇਗਾ। ਹੁਣ ਦੇਖੋ ਜਦੋਂ ਲਾਸਟ ਥੋੜ੍ਹਾ ਜਿਹਾ ਬੱਚੇ ਗਿਆ, ਵੇਖੋ ਥੋੜ੍ਹਾ ਜਿਹਾ ਬੱਚਿਆ ਜੀ, ਅਤੇ ਪਿੱਛੋਂ ਨੀਚੇ ਇਹਨੂੰ ਉੱਪਰੋਂ ਲੈ ਕੇ ਵਾਪਸ ਇੱਧਰ ਆਉਣਾ ਜੀ, ਅਤੇ ਹੁਣ ਇੱਦਾਂ ਫਸਾ ਕੇ ਨਾ ਆਪਾਂ ਖਿੱਚ ਰਹੇ ਹਾਂਗੇ ਇਹਨੂੰ ਇੱਦਾਂ ਕਰਕੇ, ਤਾਂ ਜੇ ਆਪਾਂ ਹੁਣ ਟਾਈਟ ਕਰਨਾ ਜੇ ਤਾਂ ਟਾਈਟ ਵੀ ਕਰ ਸਕਦੇ ਹਾਂ, ਇਹਦੇ ਨਾਲ ਜੇ ਆਪਾਂ ਇਹਨੂੰ ਖਿੱਚ ਕੇ ਇੱਦਾਂ ਕਰਾਂਗੇ ਤਾਂ ਸਾਡਾ ਕਮਰ ਕੱਸਾ ਟਾਈਟ ਹੋ ਜੂਗਾ, ਅਤੇ ਉੱਦਾਂ ਹੀ ਜੇ ਆਪਾਂ ਢਿੱਲਾ ਕਰਨਾ ਜੇ ਇਹਦੇ ਨਾਲ ਆਪਾਂ ਆਰਾਮ ਨਾਲ ਢਿੱਲਾ ਕਰ ਸਕਦੇ ਹਾਂ, ਕਮਰ ਕੱਸਾ ਪੂਰਾ ਢਿੱਲਾ ਹੋ ਜੂਗਾ, ਅਤੇ ਆਹ ਖੁੱਲੂਗੀ ਨਹੀਂ ਕਦੇ ਵੀ ਆਪਾਂ ਗੱਤਕਾ ਖੇਡਦੇ ਹੋ, ਆਹ ਕਮਰ ਕੱਸਾ ਕਦੇ ਖੁੱਲਦਾ ਨਹੀਂ, ਮੈਂ ਟ੍ਰਾਇਡ ਐਂਡ ਟੈਸਟਿਡ ਆ, ਠੀਕ ਹੈ ਜੀ, ਗਰੰਟੀ ਆ ਖੁੱਲੂਗਾ ਨਹੀਂ। ਅਤੇ ਆਹ ਹੈਗੀ ਵੀਡੀਓ, ਜੇ ਤੁਹਾਨੂੰ ਪਸੰਦ ਆਈ ਹੋਵੇ ਕਿਸੇ ਦੀ ਹੈਲਪ ਹੋ ਜੇ ਤਾਂ ਆਪਣੇ ਗੱਤਕੇ ਵਾਲੇ ਗਰੁੱਪ 'ਚ ਸੈਂਡ ਕਰ ਦਿਓ, ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਆਉਂਦੇ ਰਹਾਂਗੇ ਆਪਾਂ ਇੱਦਾਂ ਦੀ ਵੀਡੀਓ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।